ਜੀ ਅਸਲਾਮ ਵਾਲੇਕਮ। ਇਹ ਜਿਹੜੀ ਜੀ ਵੀਡੀਓ ਬਣਾਉਂਦੇ ਹਾਂ ਵੀ ਅਸੀਂ ਵੀਡੀਓ ਬਣਾਈ ਐਡ ਕਾਦਰਾਂ ਵਾਸਤੇ, ਜਿਹੜੀ ਬਰਾਜ ਨਹਿਰ ਨਿਕਲਦੀ ਰਸੂਲ ਬਰਾਜ ਦੀ ਆਉਂਦੀ ਬੁੱਢੀ ਨਹਿਰ ਕਰਕੇ ਆਉਂਦੇ ਨੇ, ਉਹ ਨਹਿਰ ਆ ਕੇ ਫਿਰ ਘੈਡ ਇੱਥੇ ਪੈਂਦੀ ਆਪਣੇ ਦਰਿਆ ਚਨਾਬ ਵਿੱਚ ਐਡ ਕਾਦਰਾਂ ਬਾਦ, ਫਿਰ ਉੱਥੋਂ ਬਣ ਕੇ ਨਿਕਲਦੀ ਦਰਿਆ ਦੇ ਵਿੱਚ ਦੂਜੇ ਪੱਲੇ ਜਿਹੜੀ ਜਾਂਦੀ ਹੈ ਆਫਜ਼ਾਬਾਦ ਨੂੰ। ਬੜੀ ਵੱਡੀ ਨਹਿਰ ਹੈ ਸਾਡੀ, ਨਹਿਰ ਨਾਲੋਂ ਵੀ ਇਹ ਵੱਡੀ ਨਹਿਰ ਹੈ ਜਿਹੜੀ ਅੱਤਵਾਲੇ ਕੋਲ ਲੰਘਦੀ ਹੈ। ਅਸੀਂ ਯਾਦਗਿਰੀ ਵਾਸਤੇ ਖਲੋਤੇ ਹਾਂ, ਅਸੀਂ ਜਾਣਾ ਹਜ਼ਰਤ ਕਹਿ ਰਹੇ ਹਾਂ ਇਸ ਦਰਬਾਰ 'ਤੇ ਸਲਾਮ ਕਰਨ, ਸਰਵਰ ਲੁਹਾਰ ਦੇ ਆਪਣੇ ਨੂੰ ਉੱਥੇ ਮੁਰਸ਼ਦ ਨੇ ਲਾਲੇ ਮਨੀਰ ਦੇ ਵੀ, ਤਾਂ ਫਤਿਹਗਾਹਾਂ ਦੇ ਕੋਲ ਗੱਡੀ ਹੈ, ਫਿਰ ਇਹਨੂੰ ਆਖਿਆ ਨਾ ਮੈਂ ਚੱਲੀਏ ਯਾਰ ਸਲਾਮ ਕਰਨ ਜਾਣਾ, ਅਤੇ ਅਸੀਂ ਉੱਥੇ ਜਾਂਦੇ ਹਾਂ ਯਾਦਗਿਰੀ ਵਾਸਤੇ। ਦੀ ਫਿਲਮ ਬਣਾਈ ਦੱਸਣ ਦਾ ਮਕਸਦ ਇਹ ਹੀ ਸਿਰਫ ਯਾਦਗਿਰੀ ਵਾਸਤੇ, ਆ ਫਿਲਮ ਕਿੱਥੋਂ ਅਸੀਂ ਵੀਡੀਓ ਬਣਾਈ ਹੈ ਉਵੇਂ ਤਾਂ ਜਿੱਥੋਂ ਦਿਲ ਕਰੋ ਤੁਸੀਂ ਫੋਟੋਆਂ ਨਹਿਰ ਦੀਆਂ ਛੇਕ ਲਓ, ਠੀਕ। ਅਤੇ ਸਿਰਫ ਮਕਸਦ ਦੱਸਣ ਦਾ ਹੈ ਕਿ ਨਹਿਰ ਕਿਹੜੀ ਹੈ। ਅਸੀਂ ਹੁਣ ਐਡ ਕਾਦਰਾਂ ਬਾਅਦ ਹੀ ਖੜ੍ਹੇ ਹਾਂ, ਠੀਕ ਹੈ। ਇੱਥੋਂ ਲੰਘ ਕੇ ਅਸੀਂ ਫਿਰ ਜਾਣਾ ਕਹਿ ਰਹੇ ਹਾਂ, ਇਹਦੇ ਪਿੱਛੇ ਅਸੀਂ ਖਲੋਤੇ ਹਾਂ ਉੱਪਰ ਪੁਲ 'ਤੇ ਐਡ 'ਤੇ, ਐਡ ਕਾਦਰਾਂ ਬਾਅਦ ਉੱਪਰ ਪੁਲ, ਤਾਂ ਪੁਲਿਸ ਵਾਲਿਆਂ ਸਾਨੂੰ ਮਨਾ ਕੀਤਾ ਕਿ ਇੱਥੇ ਤੁਸੀਂ ਨਹੀਂ ਖਲੋ ਸਕਦੇ, ਇੱਥੇ ਤੁਸੀਂ ਫੋਟੋ ਨਹੀਂ ਛਿੱਕ ਸਕਦੇ, ਤਾਂ ਲਿਆਦਾ ਤੁਸੀਂ ਜਿਹੜਾ ਦੂਸਰੀ ਸਾਈਡ 'ਤੇ ਟੁਰ ਜਾਓ। ਅਸੀਂ ਕਿ ਯਾਰ ਫੋਟੋ ਛਿੱਕਣੀ ਹੈ ਉੱਥੇ, ਪਰ ਖਾਣ ਪੀਣ ਵਾਲੇ ਉਹ ਵੀ ਖੜ੍ਹੇ ਹੀ ਨੇ, ਉਹ ਕਹਿੰਦਾ ਉਂਝ ਖਲੋਣ ਦਾ ਕੋਈ ਹੈ ਵੀ ਤੁਸੀਂ ਜਿਹੜੀ ਫੋਟੋ ਛਿੱਕਦੇ ਹੋ ਯਾਰ। ਅਸੀਂ ਫਿਰ ਚੁੱਪ ਕਰ ਉਹਨਾਂ ਹੋਏ ਸੀ, ਆ ਗਿਆ ਵਾ ਉਹਨੇ ਅੰਦਰ ਵੜਦਾ ਫਿਰ ਫੋਟੋ ਛਿੱਕ ਲਾਂ, ਅਤੇ ਉਹ ਬਾਹਰ ਹੀ ਖੜ੍ਹਾ ਰਿਹਾ ਸੀ ਉਹਨਾਂ ਥੱਲੇ ਢਾਲਾਂ ਹੈ। ਅਸੀਂ ਇਹ ਕਿਹਾ ਨਹਿਰ 'ਤੇ ਖਲੋ ਕੇ ਫੋਟੋ ਬਣਾ ਲੈਂਦੇ ਹਾਂ, ਇਹ ਵੀਡੀਓ ਬਣਾਈ ਤੁਹਾਡੇ ਵਾਸਤੇ, ਦੋਸਤਾਂ ਵਾਸਤੇ ਦੱਸਣ ਵਾਸਤੇ ਸਿਰਫ ਕਿ ਅਸੀਂ ਸਾਰੋ ਤਫਰੀ ਦੇ ਗਏ ਐਡ ਕਾਦਰਾਂ ਬਾਅਦ, ਅਤੇ ਗੁਰਦੁਆਰਾ ਕਹਿ ਰਹੀਆਂ ਨੇ ਗਈਆਂ ਦਰਬਾਰ 'ਤੇ ਸਲਾਮ ਕਰਨ, ਠੀਕ ਹੈ। ਅਤੇ ਨਹਿਰ ਜਿਹੜੀ ਨਾ ਬਹੁਤ ਡੂੰਘੀ ਨਹਿਰ ਹੈ, ਅਤੇ ਤੂੰ ਪਾਣੀ ਮਿਲ ਜਾਂਦਾ ਨਾ ਤਾਂ ਸਿਰ ਭਰਨੇ, ਮੈਂ ਉੱਥੋਂ ਨਿਕਲਿਆ ਸਾਹਮਣੇ, ਅਤੇ ਮੈਂ ਇਹਨੂੰ ਦੱਸਣਾ ਵੀ ਹੁਣ ਮੈਂ ਨਹਿਰ ਕਦੋਂ ਨਿਕਲੀ ਹੈ ਅਤੇ ਕਦੋਂ ਇਹ ਕਿੱਧਰ ਚੱਲੀ, ਤਾਂ ਬੜੀ ਪੁਰਾਣੀ ਨਹਿਰ ਨਿਕਲੀ ਹੈ, ਕੋਈ ਨਵੀਂ ਨਹੀਂ ਹੈ। ਬਾਹਰ ਹਾਲੇ ਹੈ ਕਿ ਪਾਣੀ ਬਹੁਤ ਇਸ ਨਹਿਰ ਵਿੱਚ ਬਹੁਤ ਤੇਜ਼, ਅੱਗੇ ਦੇ ਹੱਥ ਇੱਕ ਮਸ਼ੀਨ ਵੀ